ਸਾਡੇ ਘਰ 'ਚ ਕਿੱਦਾਂ ਗੁਰੂ ਸਾਹਿਬ ਜੀ ਦੀ ਰਹਿਮਤ ਵਰਤੇ, ਅਸੀਂ ਕੁਝ ਇੱਥੋਂ ਸਿੱਖ ਕੇ ਚਲੇ ਜਾਈਏ। ਇੱਕੋ ਹੀ ਨੁਕਤਾ, ਅਸੀਂ ਲੀਨ ਭਇਓ ਗੋਬਿੰਦ ਸਿਉਂ ਤੱਕ ਪਹੁੰਚ ਜਾਈਏ। ਸੈਫ ਖਾਨ ਨੂੰ ਸੰਗਤ ਮਿਲ ਗਈ ਜੀ, ਰੋਪੜ ਦੇ ਰਹਿਣ ਵਾਲੇ, ਮੂਸਾ ਰੋਪੜੀਆ ਕਹਿੰਦੇ ਉਹਨਾਂ ਨੂੰ, ਤੇ ਉਹਨਾਂ ਉਹ ਗੁਰੂ ਰੰਗ 'ਚ ਰੰਗੇ ਹੋਏ ਸੀ ਜੀ, ਖੁਦਾ ਖੁਦਾ ਕਰਦੇ ਸੀ, ਪੰਜ ਵਕਤ ਦੇ ਨਿਵਾਜੀ। ਤਾਂ ਮੈਂ ਬੇਨਤੀ ਕੀਤੀ ਕਿ ਗੁਰੂ ਤੇਗ ਬਹਾਦਰ ਮਹਾਰਾਜ ਦੀ ਕਰਨੀ ਕੁਰਬਾਨੀ ਉਹਨਾਂ ਦੇ ਵੱਡੀ ਦੇਣ ਨੂੰ ਫਿਰਕਿਆਂ ਅਤੇ ਮਜ਼ਹਬਾਂ ਨਾਲ ਜੋੜ ਕੇ ਨਹੀਂ ਵੇਖਣਾ। ਸਾਧ ਸੰਗਤ ਉਹਨਾਂ ਨੂੰ ਸਭ ਪਿਆਰ ਕਰਦੇ ਨੇ ਜੀ, ਅਤੇ ਜਿਹੜੇ ਪਿਆਰ ਕਰਦੇ ਨੇ ਉੱਥੇ ਫਿਰ ਸਭ ਥਾਈ ਹੋਏ ਸਹਾਏ। ਸੈਫ ਖਾਨ ਘਰ ਬਣਾ ਕੇ ਉਡੀਕਦਾ, ਦਰਸ਼ਨ ਨਹੀਂ ਅਜੇ ਕੀਤੇ ਹੋਏ, ਉਹਨੂੰ ਜਾਣਦਾ ਨਹੀਂ, ਮਹਾਰਾਜ ਨੂੰ ਮਿਲਿਆ ਨਹੀਂ। ਬਸ ਇੱਕ ਨੁਕਤਾ ਸਮਝ 'ਚ ਆਇਆ ਸੀ, ਆਹੀ ਜਿਹੜਾ ਤੁਸੀਂ ਸੁਣ ਰਹੇ ਹੋ ਕਿ ਪਿਆਰ ਕਰੀਏ ਅਤੇ ਸਭ ਥਾਈ ਹੋਏ ਸਹਾਏ, ਮਹਾਰਾਜ ਹਾਜ਼ਰ ਹੋ ਜਾਂਦੇ। ਇੱਥੋਂ ਦੀ ਮਹਾਰਾਜ ਗੁਜ਼ਰਦੇ ਗੁਜ਼ਰਦੇ ਤੁਰੇ ਜਾਣ ਸਤਿਗੁਰੂ ਜੀ, ਅਤੇ 9 ਲੱਖੇ ਪਿੰਡ ਤੋਂ ਬਾਅਦ ਨਾ ਜਦੋਂ ਸਤਿਗੁਰੂ ਜੀ ਗਏ ਅਤੇ ਸੈਫ ਖਾਨ ਮਿਲ ਗਿਆ, ਕਹਿੰਦਾ ਜੀ ਆਓ ਮੈਂ ਉਡੀਕਦਾ, ਮੁਸਲਮਾਨ ਪ੍ਰੇਮੀ ਆ, ਘਰ ਇਹਨੇ ਬਣਾਇਆ ਬੜਾ ਸੋਹਣਾ, ਅਤੇ ਸੱਚੇ ਪਾਤਸ਼ਾਹ ਜੀ ਇਹਦੇ ਘਰ ਵਿੱਚ ਗਏ ਸਤਸੰਗ। ਇੱਥੇ ਸਾਡੇ ਇਤਿਹਾਸ ਨੇ ਕਿਹਾ ਵੀ ਮਹਾਰਾਜ ਨੇ ਸੈਫ ਖਾਨ ਦੇ ਘਰ ਚੌਮਾਸਾ ਕੱਟਿਆ, ਲਗਭਗ ਡੇਢ ਦੋ ਢਾਈ ਮਹੀਨੇ ਦਾ ਸਮਾਂ, ਬਰਸਾਤ ਤੋਂ ਬਾਅਦ ਸਾਉਣ ਭਾਦੋਂ ਦਾ ਜਿਹੜਾ ਸਮਾਂ ਹੁੰਦਾ, ਚਿੱਕੜ ਹੋ ਜਾਂਦੇ ਰਸਤਿਆਂ 'ਚ, ਉਹ ਮੱਛਰ ਡੰਗ ਸਾਇਰ ਭਰ ਸੁਭਰ ਵਾਲੀ ਅਵਸਥਾ ਬਣਦੀ, ਅਤੇ ਉਹਨਾਂ ਸਮਿਆਂ ਦਾ ਸਾਰਾ ਜਿਹੜਾ ਮੁਸਾਫਰ ਰੁਕ ਜਾਂਦੇ ਹੁੰਦੇ ਸੀ ਜੀ। ਤਾਂ ਗੁਰੂ ਸਾਹਿਬ ਜੀ ਨੇ ਉਹ ਚੌਮਾਸੇ ਦਾ ਸਫ਼ਾ ਸਮਾਂ ਸੈਫ ਖਾਨ ਦੇ ਘਰ ਕੱਟਿਆ। ਸੱਚੇ ਪਾਤਸ਼ਾਹ ਹਜ਼ੂਰ ਨੂੰ ਇਹਨੇ ਬੇਨਤੀ ਕੀਤੀ ਵੀ ਮਹਾਰਾਜ ਮੇਰੇ ਘਰ ਆਓ। ਸਾਹਿਬ ਗਏ, ਗੁਰਦੇਵ ਜੀ ਨੂੰ ਬੜੇ ਸੋਹਣੇ ਥਾਂ 'ਤੇ ਬਿਠਾਇਆ ਅਤੇ ਇਹਨੇ ਦੱਸਿਆ, ਕਹਿੰਦੇ ਪਾਤਸ਼ਾਹ ਮੈਂ ਤੁਹਾਡੀ ਕੀਰਤੀ ਸੁਣੀ, ਜਸ ਸੁਣਿਆ ਸੀ ਮਹਾਰਾਜ, ਅਤੇ ਮੈਂ ਇਹ ਸੁਣਿਆ ਸੀ ਜੇ ਪਿਆਰ ਕਰੀਏ ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਪਿੱਛੇ ਪਿੱਛੇ ਆਉਂਦੇ ਆ। ਮੈਂ ਬੜੇ ਪਿਆਰ ਦੇ ਨਾਲ ਤੁਹਾਡੇ ਬੈਠਣ ਲਈ ਘਰ ਜਦੋਂ ਬਣਾਇਆ ਤਾਂ ਪਹਿਲਾਂ ਹੀ ਇਹ ਜਗ੍ਹਾ ਬਣਾ ਦਿੱਤੀ ਸੀ, ਇੱਥੇ ਬੈਠ ਕੇ ਤੁਸੀਂ ਕੀਰਤਨ ਕਰੋ, ਇੱਥੇ ਬੈਠ ਕੇ ਤੁਸੀਂ ਬਾਣੀ ਉਚਾਰਨ ਕਰੋ, ਇੱਥੇ ਬੈਠ ਕੇ ਤੁਸੀਂ ਸਤਸੰਗਤ ਕਰੋ। ਅਤੇ ਮਹਾਰਾਜ ਕਹਿਣ ਲੱਗੇ ਇੱਧਰ ਕੀ ਬਣਾਇਆ, ਕਹਿੰਦੇ ਜੀ ਇੱਥੇ ਮੈਂ ਨਵਾਜ਼ ਅਦਾ ਕਰਦਾ, ਅਤੇ ਉੱਥੇ ਨਾ ਸਾਡੇ ਬੜੇ ਪਿਆਰੇ ਬੋਲ ਇਤਿਹਾਸ 'ਚ, ਮਹਾਰਾਜ ਕਹਿਣ ਲੱਗੇ ਸੈਫ ਖਾਨ ਜਿੱਥੇ ਤੂੰ ਨਵਾਜ਼ ਅਦਾ ਕਰਦਾ ਉੱਥੇ ਬੈਠ ਕੇ ਅਸੀਂ ਬਾਣੀ ਪੜ੍ਹਾਂਗੇ, ਤੂੰ ਵੀ ਖੁਦਾ ਦੀ ਬੰਦਗੀ ਕਰਦਾ, ਅਸੀਂ ਵੀ ਖੁਦਾ ਦੀ ਬੰਦਗੀ ਕਰਾਂਗੇ। ਆਹ ਵਿਤਕਰੇ ਮੁਕਾਉਂਦੇ ਮਹਾਰਾਜ, ਆਇਆ ਪ੍ਰੇਮ ਦਾ ਰਾਹ ਗੁਰੂ ਤੇਗ ਬਹਾਦਰ ਪਾਤਸ਼ਾਹ। ਗੁਰੂ ਸਾਹਿਬ ਜੀ ਲੰਬੇਰਾ ਸਮਾਂ ਇਹਦੇ ਘਰ ਰਹੇ, ਭਾਗ ਲਾਏ, ਮਹਾਰਾਜ ਨੇ ਨਿਵਾਜਿਆ, ਰੱਜ ਕੇ ਸੈਫ ਖਾਂ ਅਮਰ ਹੋ ਗਿਆ, ਪਰ ਬੀਜ ਕਿੱਥੋਂ ਪਿਆ, ਜਾਗ ਕਿੱਥੋਂ ਲੱਗੀ, ਕਿੰਨੇ ਪਿਆਰ ਵਾਲੇ ਜੀ। ਕਦੇ ਭਾਈ ਫੱਗੂ ਯਾਦ ਕਰਦਾ ਉਹ ਸਸਰਾਮ ਦੀ ਧਰਤੀ 'ਤੇ, ਸੈਕੜੇ ਹਜ਼ਾਰਾਂ ਮੀਲ ਦੂਰ ਕਿਤੇ ਉਹ ਢਾਕੇ ਦੀ ਧਰਤੀ 'ਤੇ ਭਾਈ ਬਲਾਕੇ ਦੀ ਮਾਤਾ ਯਾਦ ਕਰਦੇ ਆ, ਅਤੇ ਉਹ ਸਿਮਰਨ ਕਰਦੇ, ਚੱਦਰ ਵਿਛਾ ਕੇ ਉਡੀਕਦੇ ਆ, ਕਹਿੰਦੇ ਮੈਂ ਸਿਮਰਨ ਨਹੀਂ ਕਰਦੀ, ਮੈਂ ਗੁਰੂ ਤੇਗ ਬਹਾਦਰ ਮਹਾਰਾਜ ਦੀਆਂ ਆਵਾਜ਼ਾਂ ਮਾਰਦੀ ਹਾਂ, ਅਤੇ ਮੇਰਾ ਨਿਸ਼ਚਾ ਕਹਿੰਦਾ ਵੀ ਸਤਿਗੁਰੂ ਜੀ ਆਉਣਗੇ, ਅਤੇ ਜਦੋਂ ਮਹਾਰਾਜ ਆਉਣਗੇ ਤਾਂ ਮੈਂ ਫਿਰ ਬਿਸਤਰਾ ਲੈਣ ਜਾਵਾਂਗੀ, ਮੈਂ ਪਹਿਲਾਂ ਹੀ ਬਿਸਤਰਾ ਵਿਛਾ ਕੇ ਰੱਖ ਲਾਂ। ਤੇਗ ਬਹਾਦਰ ਸਿਮਰਿਆ ਘਰ ਨੌ ਨੇ ਦਿਆ ਵੈ ਧਾਏ, ਸਭ ਥਾਈ ਹੋਏ ਸਹਾਏ। ਮਹਾਰਾਜ ਪਹੁੰਚੇ ਉਹਨਾਂ ਕੋਲ, ਗੁਰਸਿੱਖੋ ਅਰਦਾਸ ਕਰੀਏ ਸਾਡੇ ਹਿਰਦੇ 'ਚ ਪਿਆਰ ਆ।